ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਪੋਸਟ ਦੇ ਵਿੱਚ, ਸੈਸ਼ਨ ਕੋਡ ਬਠਿੰਡਾ ਵਿੱਚ ਪੋਸਟਾਂ ਆਈਆਂ ਨੇ। 38 ਟੋਟਲ ਪੋਸਟਾਂ ਨੇ ਕਲਰਕ ਦੀਆਂ, ਯੋਗਤਾ ਗ੍ਰੈਜੂਏਸ਼ਨ ਨੇ ਅਤੇ ਭਰਨੀਆਂ ਕਿਵੇਂ ਨੇ ਇਹ ਵੀ ਮੈਂ ਦੱਸੂੰਗਾ। ਤਾਂ ਦੇਖੋ ਜੀ, ਆਹ ਵਾਲੀ ਫੀਸ ਨਹੀਂ ਹੈ, ਠੀਕ ਹੈ ਜੀ। ਇਹ ਤਾਂ ਮੈਂ ਕਿਸੇ ਦਾ ਜਿਵੇਂ ਕਹਿੰਦੇ ਨੇ ਐਡਵਰਟਾਈਜ਼ਮੈਂਟ ਚੱਕੀ ਆ। ਸੋ ਦੋਸਤੋ, ਦਸਤਾਵੇਜ਼ ਇਹੀ ਚਾਹੀਦੇ ਨੇ, 10ਵੀਂ 12ਵੀਂ ਗ੍ਰੈਜੂਏਸ਼ਨ, ਆਧਾਰ ਕਾਰਡ, ਫੋਟੋ, ਸਾਈਨ, ਜਾਤੀ ਸਰਟੀਫਿਕੇਟ ਔਰ ਮੋਬਾਈਲ ਨੰਬਰ। ਤਾਂ ਤੁਸੀਂ ਕੀ ਕਰਨਾ ਹੈ, ਸੈਕਸ਼ਨ ਕੋਡ NIC ਦੋਸਤੋ ਭਰਨਾ ਹੈ, NIC ਬਠਿੰਡਾ, ਠੀਕ ਹੈ। NIC BTH ਭਰੋਗੇ ਤਾਂ ਤੁਹਾਡੇ ਕੋਲ ਇੱਕ ਓਫਿਸ਼ੀਅਲ ਵੈਬਸਾਈਟ ਆ ਜਾਏਗੀ, ਉੱਥੇ ਰਿਕਰੂਟਮੈਂਟ 'ਤੇ ਜਾ ਕੇ ਕਲਿੱਕ ਕਰਨਾ ਹੈ। ਉੱਥੇ ਤੁਹਾਨੂੰ ਸਾਰੀ ਇਹਦੀ ਡਿਟੇਲ ਮਿਲ ਜਾਏਗੀ ਕਿਵੇਂ ਫਿਲ ਕਰਨਾ। ਸੋ ਦੋਸਤੋ, ਵੈਸੇ ਇਹ ਸਾਰੀਆਂ ਸੈਸ਼ਨ ਕੋਡ ਵਾਲੀਆਂ ਆਫਲਾਈਨ ਭਰਤੀਆਂ ਹੁੰਦੀਆਂ ਨੇ ਕਿ ਆਪਾਂ ਇੱਕ ਐਪਲੀਕੇਸ਼ਨ ਫੋਰਮ ਡਾਊਨਲੋਡ ਕਰਕੇ ਉਹਦੇ ਨਾਲ ਆ ਸਾਰੇ ਦਸਤਾਵੇਜ਼ ਨੱਥੀ ਕਰਕੇ ਬਾਏ ਪੋਸਟ ਭੇਜਣੇ ਹੁੰਦੇ ਆ। ਪਰ ਸ਼ਾਇਦ, ਮੈਂ ਇਹ ਅਜੇ ਚੈੱਕ ਨਹੀਂ ਕੀਤਾ ਪੂਰਾ ਨੋਟੀਫਿਕੇਸ਼ਨ, ਇਹ ਸ਼ਾਇਦ ਔਨਲਾਈਨ ਹੈ। ਸੋ ਦੋਸਤੋ, ਜੇਕਰ ਤੁਸੀਂ ਭਰਨਾ ਚਾਹੁੰਦੇ ਹੋ ਤਾਂ ਇਹਦੇ 'ਚ ਕੋਈ ਫੀਸ ਨਹੀਂ ਹੁੰਦੀ, ਖੁਦ ਭਰੋਗੇ ਤਾਂ ਕੋਈ ਵੀ ਫੀਸ ਨਹੀਂ ਹੈ। ਇਹ ਤਾਂ ਕਿਸੇ ਦੀ ਐਡਵਰਟਾਈਜ਼ਮੈਂਟ ਹੈ, ਤਾਂ ਕਰਕੇ 100 ਰੁਪਈਆ ਰੱਖਿਆ ਉਹਨੇ, ਠੀਕ ਹੈ ਜੀ। ਸੋ ਦੋਸਤੋ, ਜਿਨ੍ਹਾਂ ਨੇ ਭਰਨੀ ਹੈ ਉਹ ਭਰ ਲੈਣ, ਕਿਉਂਕਿ 18 ਤਰੀਕ ਲਾਸਟ ਹੈ। ਧੰਨਵਾਦ ਮਿੱਤਰੋ।